मारू बच्चे तो पाँच के ਸਵਾਹ ਚੱਕ ਦੇਵਾਂਗੇ ਉਹ ਇੱਥੇ ਚੁੱਲ੍ਹੇ ਤੇ ਬਣਾਵਾਂਗੇ ਅੱਗੇ ਮੈਂ ਬੀਬੀ ਨੂੰ ਹੱਸੀ ਜਾਂਦੀ ਸੀ ਮੈਂ ਕਿਹਾ ਬੀਬੀ ਇੱਥੇ ਧੁੱਪ ਨੀ ਆਉਂਦੀ ਹੁਣ ਇੱਥੇ ਜਮਾਂ ਧੁੱਪ ਨੀ ਜੇ ਇੱਥੇ ਧੁੱਪ ਹੁੰਦੀ ਨਾ ਬਾਹਲਾ ਵਧੀਆ ਹੁੰਦਾ ਤੇ ਬੀਬੀ ਕਹਿੰਦੀ ਗਰਮੀਆਂ ਚ ਧੁੱਪ ਆਉਂਦੀ ਹੈ ਜਦੋਂ ਲੋੜ ਨੀ ਹੁੰਦੀ ਧੁੱਪ ਦੀ ਤੇ ਪਹਿਲਾਂ ਅਸੀਂ ਮਾਮੇ ਨੂੰ ਵਾਹਵਾ ਟਾਈਮ ਤੇ ਕਹੀ ਜਾਂਦੇ ਸੀ ਮਾਮੇ ਦੇ ਮੂਡ ਤੇ ਡਿਪੈਂਡ ਹੁੰਦਾ ਕੜਾਹੀ ਲੈਣ ਗਿਆ ਨੀ ਸੀ ਫਿਰ ਜਦੋਂ ਅਸੀਂ ਤੜਫਾਂ ਕੜਾਹੀ ਚੱਕਣ ਵਾਸਤੇ ਸੀਗਾ ਵੀ ਚਲੋ ਅਸੀਂ ਚੱਕ ਕੇ ਲਿਆਉਣੇ ਆ ਤੇ ਉਹ ਨਾਨਾ ਜੀ ਦਾ ਘਰ ਨਾ ਉੱਧਰ ਉੱਤੋਂ ਦੀ ਜਾਣਾ ਪੈਂਦਾ ਸਾਨੂੰ ਵੀ ਬਲ ਕੇ ਤੇ ਫਿਰ ਸਾਨੂੰ ਬਾਹਲੀ ਦੂਰ ਪੈਂਦਾ ਤੇ ਕੜਾਹੀ ਨਹੀਂ ਹੁੰਦੀ ਮੈਂ ਇੱਥੋਂ ਸਿਰ ਤੇ ਰੱਖੀ ਨਹੀਂ ਜਾਂਦੀ ਨਾ ਬੇਬੀ ਤੇ ਰੱਖੀ ਜਾਂਦੀ ਤੇ ਫਿਰ ਆਪੀ ਮਾਮੇ ਨੇ ਸਾਈਕਲ ਚੱਕ ਲਿਆ ਕਹਿੰਦਾ ਮੈਂ ਚੱਕ ਕੇ ਲਿਆ ਕੇ ਦਿੰਦਾ ਤੇ ਐਂ ਹੁੰਦਾ ਥੋੜ੍ਹਾ ਜਿਹਾ ਮਾਮੇ ਦੇ ਮੂਡ ਤੇ ਡਿਪੈਂਡ ਹੁੰਦੀ ਹੈ ਗੱਲ ਜੇ ਆਖੇ ਲੱਗ ਜੇ ਤਾਂ ਆਖੇ ਲੱਗ ਜੇ ਨਹੀਂ ਨਹੀਂ ਤੇ ਫਿਰ ਠੀਕ ਹੈ ਚੱਲ ਲਿਆ ਦੂ ਜਾ ਕੇ ਆ ਵਿੱਚ ਜਿਹੜੇ ਆ ਲਮਕਣੀ ਨਹੀਂ ਬਣਾਏ ਦੇ ਉਹ ਵਿੱਚ ਚੜ ਜਾਂਦਾ ਕੁਛ ਪਹਿਲਾਂ ਇੱਥੇ ਆ ਇਹਦੇ ਚ ਗੁਲਾਬ ਦੇ ਫੁੱਲ ਦੇ ਬੂਟੇ ਚੜ ਗਿਆ ਇਹ ਹੁਣ ਮੈਂ ਉੱਥੇ ਤਾਂ ਬਾਲਣ ਚੜ ਗਿਆ ਇੱਥੇ ਸਿੱਟਦੀ ਅਸੀਂ ਸਵਾਹ ਬੀਬੀ ਵਰਗੇ ਨਾ ਪਸ਼ੂਆਂ ਥੱਲੇ ਸਵਾਹ ਸਿੱਟ ਦਿੰਦੇ ਆ ਇੱਥੇ ਵੀ ਮਤਲਬ ਪਸ਼ੂਆਂ ਨੂੰ ਰਾਤ ਨੂੰ ਨਿੱਘਾ ਰਹਿੰਦਾ ਥਾਂ ਤੇ ਇੱਧਰ ਮਤਲਬ ਮਾਮੇ ਨੇ ਤੂੜੀ ਕੱਢੀ ਪਈ ਹੈ ਬਸ ਤੇ ਇਹ ਦਰਵਾਜ਼ਾ ਜਿਹੜਾ ਬੀਬੀ ਦਾ ਪਸ਼ੂਆਂ ਵਾਲਾ ਤੇ ਇਹ ਵੀ ਬਹੁਤ ਜ਼ਿਆਦਾ ਪੁਰਾਣਾ ਇਹਦੀ ਵੀ ਛੱਤ ਬਾਹਲੀ ਖਰਾਬ ਹੋਈ ਪਈ ਆ ਆਹ ਦੇਖੋ ਸਾਰੇ ਬਾਲੇ ਖਰਾਬ ਹੋ ਗਏ ਪਰ ਬੀਬੀ ਵਿਚਾਰੀ ਕਿਹੜਾ ਡੰਗਾ ਜਿਹਾ ਲਾਈ ਜਾਂਦੀ ਆ ਇੱਧਰ ਪੁਰਾਣੇ ਬਾਰ ਆ ਇੱਧਰ ਪੱਲੜ ਲਾਏ ਹੋਏ ਠੰਡ ਦਾ ਕਰਕੇ ਪਸ਼ੂਆਂ ਨੂੰ ਤੇ ਮੋਟਰ ਵਾਲਾ ਸਟਾਰਟਰ ਤੇ ਇੱਥੇ ਲੱਗਿਆ ਆਹ ਬੱਚੀ ਮਾਰਦੀ ਆ ਤੂੰ ਬਚ ਕੇ ਨੰਗੀ ਹਰਪ ਇੱਧਰਲੇ ਬਾਰ ਵਿੱਚ ਦੀ ਲੰਘ ਉਹ ਮਾਰੂਗੀ ਤੈਨੂੰ ਇਹ ਮਾਰਦੀ ਆ ਤੂੰ ਬਚ ਕੇ ਇੱਧਰ ਦੀ ਵੀ ਬਚ ਕੇ ਜਾਈ ਇਹਨੇ ਬੀਬੀ ਦੇ ਬਹੁਤ ਪਹਿਲੀ ਸੱਟ ਮਾਰੀ ਸੀ ਇਹ ਛੋਟੀ ਜਿਹੀ ਹੁੰਦੀ ਸੀ ਬੱਚੀ ਤੇ ਨਾ ਭੱਜ ਗਈ ਸੰਗਲ ਛੜਾ ਕੇ ਤੇ ਬੀਬੀ ਨੂੰ ਉੱਧਰ ਉਹ ਦਰਵਾਜ਼ੇ ਵੱਲ ਭੱਜੀ ਤੇ ਬੀਬੀ ਦਾ ਸਿਰ ਦਰਵਾਜ਼ੇ ਨਾਲ ਥਮਲੇ ਨਾਲ ਬੀਬੀ ਦਾ ਸਿਰ ਵੱਜਿਆ ਸੀ ਤੇ ਫਿਰ ਹਜੇ ਤੱਕ ਲੋਟ ਨਹੀਂ ਆਇਆ ਜੇ ਉੱਥੇ ਦਰਦ ਉੱਠ ਕੱਢਦਾ ਨਾ ਬੀਬੀ ਦੇ ਪੜਪੜੀ 'ਚ ਮੱਥੇ 'ਚ ਸਾਹਮਣੇ ਜਮਾਂ ਤੇ ਮਾਰਦੀ ਆ ਮੈਂ ਵੀ ਇੱਧਰ ਦੀ ਬਚ ਕੇ ਲੰਘੂੰਗੀ ਇਹਦੇ ਤੋਂ ਬਹੁਤ ਭੈੜੀ ਆ ਇਹ ਵਾਲੀ ਭੈੜੀ ਆ ਇਹ ਮਾਰਦੀ ਆ ਇਹ ਉੱਧਰ ਦੀ ਇਹ ਬਹੁਤ ਖਰਾਬ ਆ ਇਹ ਹਰਫ ਉਹ ਵਿਚਾਰੀ ਸਿਆਣੀ ਆ ਉਹ ਮਾਸੂਮ ਜੀ ਉਵੇਂ ਹੀ ਖੜੀ ਆ ਵਿਚਾਰੀ ਮੱਠਲ ਰੱਖ ਦੇ ਖੜ ਜਾ ਹਾਂ ਇਹ ਉਹਦੀ ਮੰਮਾ ਆਹ ਉਹਦੀ ਮੰਮਾ ਹੈ ਹਾਂ ਉਹ ਕਮਲੀ ਕੁੜੀ ਆ ਆਹ ਸਿਆਣੀ ਮੰਮਾ ਹਨਾ ਆਖੇ ਨੀ ਲੱਗਦੀ ਚਲੋ ਫਿਰ ਕਿੰਨੇ ਸੋਹਣੇ ਗੁਲਾਬ ਦੇ ਫੁੱਲ ਹੋਏ ਪਏ ਆ ਧੰਨਵਾਦ ਬਸ ਲਿਆਤੀ ਨਹੀਂ ਸਾਨੂੰ ਜਾਣਾ ਪੈਂਦਾ ਇੰਨੀ ਦੂਰ ਤੁਰ ਕੇ ਨਾ ਸੱਤ ਹੋਏ ਮੇਰੇ ਤੋਂ ਸਿਰ ਤੇ ਨਹੀਂ ਧਰੀ ਜਾਂਦੀ ਮੇਰਾ ਸਿਰ ਦੁਖਦਾ ਨਾ ਬੀਬੀ ਆਟਾ ਤੋਲੀ ਜਾਂਦੀ ਹੈ ਜੀ ਬਸ ਅਸੀਂ 2 ਕਿਲੋ ਘਿਓ ਦੇ ਵਿੱਚ 2 ਕਿਲੋ ਆਟਾ ਪਾਵਾਂਗੇ ਬੀਬੀ ਕੜਾਹੀ ਆਹ ਤੇਰੀ ਕੜਾਹੀ ਕਹੀ ਜਾਂਦੀ ਹੈ ਤੱਕੜੀ ਕਿੰਨੇ ਸਾਲ ਪੁਰਾਣੀ ਹੈ ਇਹ ਅੱਛਾ ਉਨੀ ਪੁਰਾਣੀ ਆ ਤੇ ਇਹ ਬਾਹਲੀ ਪੁਰਾਣੀ ਆ ਜਦੋਂ ਦੀ ਮੇਰੀ ਸੁਰਤ ਸੰਭਲੀ ਆਹੀ ਬੀਬੀ ਕੋਲੇ ਵੱਟੇ ਹੈਗੇ ਇਹ ਮੈਨੂੰ ਲੱਗਦਾ 500 ਗ੍ਰਾਮ ਦਾ ਹੋਵੇ ਵੀ 1/2 ਕਿਲੋ ਦਾ ਵੱਟਾ ਹੈ ਇਹ 1/2 ਕਿਲੋ ਦਾ ਵੱਟਾ ਹੈ ਤੇ ਉਹ ਕਿਲੋ ਵਾਲਾ ਹੋਊ 1-2 ਕਿਲੋ ਵਾਲਾ ਵੀ ਸੀ ਬੀਬੀ ਤੇਰੇ ਕੋਲੇ ਹਨਾ ਕਈ ਵਾਰ ਜੇ ਜ਼ਿਆਦਾ ਜੋਖੜਾ ਹੁੰਦਾ ਤਾਂ ਆਪਾਂ ਇੱਟਾਂ ਜੋ ਕੇ ਇੱਟਾਂ ਵੀ ਧਰ ਲੈਂਦੇ ਇੱਕ ਸਾਈਡ ਤੇ ਹਨਾ ਇਹ ਛਾਣਿਆ ਵੱਟਾ ਕਿ ਛਾਣਨਾ ਬਹੁ ਛਾਣਿਆ ਵੈ ਹੁਣ 1/2 ਕਿਲੋ ਪਾਉਂਦੀ ਆ ਬੀਬੀ ਇਹਦੇ 'ਚ ਬਸ ਤੇ ਕਿ ਆਹ ਕਿਲੋ ਹੋ ਗਿਆ ਇਹ ਤੱਕੜੀਆਂ ਹੁਣ ਪੁਰਾਣੀਆਂ ਕਿੱਥੇ ਰਹਿ ਗਈਆਂ ਹਨਾ ਹੁਣ ਤਾਂ ਨਵੇਂ ਡਿਜ਼ਾਇਨ ਦੀਆਂ ਆਉਂਦੀਆਂ ਇਹਨਾਂ ਦਾ ਫਰਕ ਵੀ ਪੈ ਜਾਂਦਾ ਬੀਬੀ ਆਹ ਚੀਜ਼ ਨਾਲ ਫਰਕ ਪੈ ਜਾਂਦਾ ਵਜਨ ਦਾ ਘੱਟ ਵੱਧ ਤੋਲਿਆ ਜਾਂਦਾ ਵੀ ਖਰਾਬ ਖਰੂਬ ਹੋ ਜਾਏ ਕਈ ਵਾਰ ਤੱਕੜੀ ਨਹੀਂ ਆਹ ਕਿੰਨਾ ਹੋ ਗਿਆ ਇਹਦੇ 'ਚ ਦੇਗੀ 'ਚ ਕਿਲੋ ਡੂੜ ਹੋ ਗਿਆ 2 ਕਿਲੋ ਆਟਾ ਇੰਨਾ ਕੀ ਬਣਦਾ ਹੈ ਬਸ ਬਾਟੀ ਦੇ ਉੱਤੇ ਪਾ ਲਈ ਮਾੜੀ ਜਿਹੀ ਅੱਧੀ ਕੁ ਬਸ ਕਿਹੜੀ ਸ਼ਰਤ ਹਾਂ ਕਹਿੰਦਾ ਮੰਮਾ ਮੈਂ ਮਾਰੂ ਖੁਰਚਣਾ ਕਹਿੰਦਾ ਮੈਂ ਜਮਾ ਨਹੀਂ ਥੱਕਦਾ ਕੜਾਹੀ ਹਾਂ ਉਹ ਮੈਂ ਧੋਣੀ ਆ ਚੱਲ ਚਲੋ 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 ਵਿੱਚੋਂ ਬੀਬੀ ਥੋੜੀ ਜੀ
ਹਾਂ ਮਾਮੇ ਨੇ ਚੌਂਤਰੇ ਧਰੀ ਤੇ ਚੌਂਤਰੇ ਦੇ ਧੋ ਲੈਣੇ ਆ ਕੁਰਚਣਾ ਕੱਢਦੇ ਆ ਵਿੱਚੋਂ ਕੁਰਚਣਾ ਫੇਰ ਧੋਵਾਂਗੇ ਚਲੋ ਬਈ ਇਹ ਸ਼ਾਵਾ ਡਿੱਗ ਪਵਾਏ ਹੋ ਗਿਆ ਅਰਪਣਾ ਚਲੋ ਬਈ ਹੁਣ ਇਹਦੇ ਨਾਲ ਲਾ ਕੇ ਮੱਥਾ ਇਹਨੂੰ ਸਾਫ਼ ਕਰਕੇ ਹੈਨਾ ਅਰਪ ਟੋਫੀ ਮੈਂ ਥੈਂਕ ਯੂ ਜੀ ਬ੍ਰੇਕ ਥੋੜੇ ਟਾਈਮ ਦੀ ਵੀਡੀਓ ਬਣਾਉਂਦੇ ਰਹਿ ਕੇ ਸਾਨੂੰ ਬਾਲਾ ਕਵੇ ਲਾਊ ਹੱਥ ਨੂੰ ਜੀ ਹਰਪ ਨੂੰ ਟੋਫੀ ਦੇ ਦੀ ਤੇ ਉਹਨੂੰ ਮਾਂਜਦੇ ਹਾਂ ਪਹਿਲਾਂ ਕੜਾਹੀ ਨੂੰ ਧੋਨੇ ਚੰਗੀ ਤਰ੍ਹਾਂ ਥੋੜੀ ਬਹੁਤੀ ਹੁਣ ਤਾਕਤ ਬਚਾ ਕੇ ਰੱਖਣੀ ਹੈਗੀ ਆ ਬਣਾਉਣ ਜੋਗਰੀ ਵੀ ਬਾਹਾਂ ਚ ਸਾਰੀ ਇਹਦੇ ਤੇ ਨਾ ਲਵਾ ਦੀ ਮਾਰਨਾ ਮੈਂ ਛੋਟਾ ਨਾਲ ਬਾਲਾ ਤੇ ਹੁਣ ਅਸੀਂ ਧਰਦੇ ਹਾਂ ਕੜਾਹੀ ਧੋ ਕੇ ਇੱਧਰ ਰੱਖਤੀ ਸਾਫ਼ ਕਰਕੇ ਦੇਖੋ ਕਿੰਨੀ ਜ਼ਿਆਦਾ ਮਿਹਨਤ ਲੱਗੀ ਇਹਨੂੰ ਮਤਲਬ ਨਿਖਾਰਨ ਵਾਸਤੇ ਫਿਰ ਅਸੀਂ ਵੀਡੀਓ ਵੀ ਸ਼ੂਟ ਕਰਦੇ ਹਾਂ ਹੁਣ ਨਾਲ ਨਾਲ ਹੈ ਨਾ ਬਣਾਉਣੇ ਵੀਡੀਓ ਅਤੇ ਆਹ ਸਾਰੀਆਂ ਦਵਾਈਆਂ ਬਦਾਮਾਂ ਨੂੰ ਬੀਬੀ ਕਹਿੰਦੀ ਨਾ ਵੀ ਕੂੰਡੇ 'ਚ ਹੀ ਪੀਸ ਲਾਂਗੇ ਸੋ ਇੱਥੇ ਮੈਨੂੰ ਨਾ ਦਵਾਈਆਂ ਦਾ ਨਹੀਂ ਪਤਾ ਕਿਉਂਕਿ ਹਰ ਦੇ ਪਾਪਾ ਨੇ ਲਿਆ ਕੇ ਦਿੱਤੀਆਂ ਅਤੇ ਮੈਂ ਤੁਹਾਨੂੰ ਦੱਸਤਾ ਸੀ ਇਹ ਦਵਾਈਆਂ ਜਦੋਂ ਤੁਸੀਂ ਪੰਜੀਰੀ ਬਣਾਉਣੇ ਸੀ ਪਹਿਲਾਂ ਵੀ ਪੰਜੀਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਰੈਸਪੀਆਂ ਦੋ ਤਿੰਨ ਵਾਰੀ ਪਹਿਲਾਂ ਵਾਲੇ ਸਾਲਾਂ 'ਚ ਅਤੇ ਮਤਲਬ ਤੁਸੀਂ ਦੁਕਾਨ 'ਤੇ ਜਾ ਕੇ ਜੋ ਵੀ ਦਵਾਈਆਂ ਖਰੀਦਣੇ ਆ ਪੰਜੀਰੀ ਦੀਆਂ ਜਿਵੇਂ ਹੁਣ ਤੁਹਾਡੇ ਗੋਡੇ ਦੁੱਖਦੇ ਆ ਢੂਣੀ ਦੁੱਖਦੀ ਹੈ ਜਾਂ ਸਿਰ ਦਰਦ ਹੁੰਦਾ ਤਾਂ ਉਹਦੇ ਹਿਸਾਬ ਨਾਲ ਤੁਸੀਂ ਦੱਸ ਕੇ ਨਾ ਦਵਾਈਆਂ ਆਪਦੀਆਂ ਲੈ ਲੈਣੀਆਂ ਪਰ ਇਹਦੇ ਵਿੱਚ ਮੇਨ ਦਵਾਈਆਂ ਹੁੰਦੀਆਂ ਨੇ ਜਿਵੇਂ ਆਹ ਦਵਾਈਆਂ ਚਲੋ ਤਾਂ ਨਟਸ ਆ ਗਏ ਆਪਣੇ ਵੀ ਬਦਾਮ ਕਾਜੂ ਮਗਜ਼ ਹੋ ਗਏ ਇਹਦੇ ਵਿੱਚ ਇੱਕ ਹੋਰ ਪਤਾ ਨਹੀਂ ਕਿਹੜੀ ਚੀਜ਼ ਆ ਇਹ ਹੋ ਗਈ ਅਜਵਾਇਣ ਇਹ ਕਾਲੀਆਂ ਮਿਰਚਾਂ ਪੀਸੀਆਂ ਹੋਈਆਂ ਇੱਕ ਇਹਦੇ ਵਿੱਚ ਕਮਰ ਕਾਸ ਹੈ ਮੈਨੂੰ ਲੱਗਦਾ ਹੀ ਹੈ ਖਾਣੀ ਅਤੇ ਬਾਕੀ ਨਾ ਇਹ 2 ਕਿਲੋ ਘਿਓ ਦੇ ਹਿਸਾਬ ਨਾਲ 100-100 ਗ੍ਰਾਮ ਦਵਾਈਆਂ ਨੇ ਇੱਕ ਗੂੰਦ ਆਹ ਪੀਸੀ ਹੋਈ ਆ ਦੋਨਾਂ ਦੇ ਮੈਨੂੰ ਨਾਂ ਨਹੀਂ ਪਤਾ ਦਵਾਈਆਂ ਦੇ ਇਹ ਤੁਸੀਂ ਆਪਦੀ ਪ੍ਰੋਬਲਮ ਦੇ ਹਿਸਾਬ ਨਾਲ ਲੈ ਲੈਣੀਆਂ ਵੀ ਤੁਹਾਨੂੰ ਜੋ ਵੀ ਤਕਲੀਫ ਹੈ ਗੋਡਿਆਂ ਦੀ ਸਿਰ ਦਰਦ ਦੀ ਉਹਦੇ ਹਿਸਾਬ ਨਾਲ ਤੁਸੀਂ ਦਵਾਈਆਂ ਦੁਕਾਨ ਤੋਂ ਲੈ ਆਉਣੀਆਂ ਨੇ ਅਤੇ ਜਾ ਕੇ ਰੱਖਤੀ ਬਸ ਹੁਣ ਅਸੀਂ ਇੱਥੇ ਕੜਾਹੀ ਰੱਖਦੇ ਹਾਂ ਅਤੇ ਸਾਨੂੰ ਨਾ 2 ਵਜੇ 'ਤੇ ਤਿਆਰੀ ਕਰਨ ਲੱਗੀਆਂ 2:45 ਦੇ ਬਾਅਦ ਸਾਨੂੰ ਟਾਈਮ ਪਤਾ ਕਿੰਨਾ ਹੋ ਗਿਆ ਹੁਣ ਮੈਂ ਦੇਖ ਰਹੀ ਹਾਂ ਟਾਈਮ ਕਿੰਨਾ ਹੋ ਗਿਆ ਅਤੇ ਮੈਨੂੰ ਤਾਂ ਲੱਗਿਆ ਸੀ ਟਾਈਮ ਬਾਹਲਾ ਹੋ ਗਿਆ ਹੋਊਗਾ ਪਰ 2 ਵਜੇ ਆ 20 ਮਿੰਟ ਤਕਰੀਬਨ ਸਾਨੂੰ ਪੂਰੇ ਤਿਆਰੀ ਕਰਦਿਆਂ ਨੂੰ ਲੱਗ ਗਏ ਇਹਦੇ 'ਚ ਕੀ ਖੰਡ ਖੰਡ ਤਾਂ ਬਾਅਦ 'ਚ ਪਾਵਾਂਗੇ ਕੜਾਹੀ ਰੱਖ ਕੇ ਬੀਬੀ ਚੁੱਲ੍ਹੇ 'ਤੇ ਹਾਂ ਅਤੇ ਆਹ ਰੱਖ ਕੇ ਕੜਾਹੀ ਚੁੱਲ੍ਹੇ 'ਤੇ ਤਪ ਜੂਗੀ ਕਿ ਹਜੇ ਨਹੀਂ ਰੱਖਣੀ ਚੱਲ ਸਾਣ ਲਿਆ ਫਿਰ ਖੰਡ ਹਾਂ ਭੁੰਨਾਂਗੇ ਇਹਨਾਂ ਨੂੰ ਸਾਰਿਆਂ ਨੂੰ ਬੀਬੀ ਫੇਰ ਬੀਬੀ ਤੈਨੂੰ ਪਤਾ ਸਾਰਾ ਕੁਛ ਬਣਾਉਣ ਦਾ ਹੋਰ ਤੂੰ ਹੀ ਸਿਖਾਵੇਗੀ ਸਾਨੂੰ ਹੋਰ ਕੌਣ ਸਿਖਾਉਲੀ ਹੋ ਗਈ ਨਹੀਂ ਪਤਾ ਪੁੱਤੇ ਖਾਸ ਖਾਸ ਪੀਸੀ ਹੋਈ ਆ ਹੇ ਮੈਨੂੰ ਪਤਾ ਕਿ ਵੀ ਕੱਲ ਮੇਰਾ ਹੱਥ ਕਿ ਮੇਰਾ ਹੁਣ ਆਪਾਂ ਜੀ ਇਹ ਚ ਪਾਉਣੇ ਘਿਓ ਥੋੜਾ ਜਿਹਾ ਘਿਓ ਪਾ ਕੇ ਜਿਹੜੀ ਖਾਸ ਖਾਸ ਹੈ ਨਾ ਉਹ ਬੀਬੀ ਨੇ ਭਿਉਂਤੀ ਸੀ ਰਾਤ 100 ਗ੍ਰਾਮ ਹੀ ਲਿਆਂਦੀ ਸੀ ਮੈਨੂੰ ਲੱਗਦਾ 2 ਕਿਲੋ ਘਿਓ ਦੇ ਸਾਰੇ ਨਾਲ ਤੇ ਉਹਨੂੰ ਭੁੰਨ ਕੇ ਇੰਨੀ ਕੁ ਘਿਓ ਜਿਹਾ ਉਹਨੂੰ ਭੁੰਨਦੇ ਆ ਹਨਾ ਫੇਰ ਪਾਵਾਂਗੇ ਵਿੱਚ ਮਿੱਠੀ ਅੱਗ ਮੱਛੀ ਹੁੰਦੀ ਆ ਤੂੰ ਵੀ ਰੈਸਪੀਆਂ ਬਣਾਉਣੀਆਂ ਸਿੱਖ ਗਿਆ ਮੰਮਾ ਨਾਲ ਹਨਾ
ਵੈਰੀ ਗੁੱਡ ਤੇ ਹੁਣ ਇਹਨੂੰ ਘਿਓ ਨੂੰ ਗਰਮ ਕਰਦੇ ਆਪਾਂ ਚੰਗੀ ਤਰ੍ਹਾਂ ਮੰਮਾ ਉਹ ਵਾਲੀ ਕਾਈ ਨਟਲ ਬੀਬੀ ਵਰਗੇ ਖੰਡ ਹੈ ਜਿਹੜੀ ਉਹ ਛਾਨੀ ਜਾਂਦੇ ਆ ਕਹਿੰਦੇ ਪਹਿਲੇ ਸਾਰਾ ਕੁਝ ਤਿਆਰ ਕਰਕੇ ਰੱਖ ਲਈਏ ਚੀਜ਼ਾਂ ਮੰਮਾ ਉਹ ਵਾਲੀ ਕਾਈ ਨਟਲ ਚੁੱਲ੍ਹਾ ਟ ਉਹ ਵੀ ਤਰਾਂਗੇ ਮਿੱਠੀ ਮਿੱਠੀ ਅੱਗ ਕਿੱਲੀ ਸਾਫ ਹੋਈ ਦੇ ਮੌਜਾਂ ਨਾਲ ਬੈਠਾ ਹੁਣ ਤੈਨੂੰ ਭੁੱਖ ਨਹੀਂ ਲੱਗੀ ਹੈ ਚੋਕਲੇਟ ਚੋਕਲੇਟ ਵਾਲੀ ਭੁੱਖ ਵਾਲੀ ਲੱਗੀ ਪਈ ਯਾਰ ਫਟਾਫਟ ਬਣਾ ਕੇ ਕਾਈ ਚੱਕ ਮੈਂ ਕਾਲਾ ਹੱਥ ਨੂੰ ਬੂਟਰ ਸੀ ਦਾ ਚੋਕਲੇਟ ਵਾਲਾ ਕੋਈ ਨਾ ਚੋਕਲੇਟ ਵਾਲੇ ਲਿਆ ਦੂ ਮਾਮਾ ਬਿਸਕਟ ਜੀ ਮਾਮੇ ਨੇ ਕਿਹਾ ਠੀਕ ਹੈ ਕਹੇਗੀ ਗੱਲ ਤੇਰੀ ਸਹੀ ਹੈ ਜਿਵੇਂ ਸਾਬੂ ਦਾਣਾ ਜਾਂ ਨਹੀਂ ਉਹ ਹੁੰਦਾ ਉਹ ਬਣ ਗਈ ਹਨਾ ਇਹ ਇੰਨੀ ਆਏ ਖੰਡ ਕਿਵੇਂ ਆ ਵਿੱਚ ਇਹ ਨਾ ਬਸ ਬਾੜੀ ਵਧੀਆ ਮੇਰੀ ਗੱਲ ਸੁਣ ਕੁਛ ਨਹੀਂ ਆਇਆ ਮੇਰੀ ਗੱਲ ਸੁਣ ਨਾ ਐਂ ਕਰ ਜਿਹੜੀ ਉਹ 2 ਕਿਲੋ ਆ ਗਈ ਉਹਦੇ ਚ ਉਹ ਵੀ ਕੱਢਾਂਗੇ ਹਜੇ ਆਪਾਂ ਇੰਨੀ ਤਾਂ ਹੋਰ ਨਿਕਲ ਗਈ ਕੁਝ ਹੋਰ ਕੱਢ ਦੇਗੇ ਤੂੰ ਫਿੱਕਾ ਤਾਂ ਖਾਣੀ ਆ ਪੂਰੀ ਸਾਰੀ 2.5 ਸੀ ਫਿਰ ਬੀਬੀ ਬਾਲਾ ਮਿੱਠਾ ਹੋ ਜੂਗਾ ਅੱਧਾ ਕਿਲੋ ਕੱਢ ਲਾਂਗੇ ਇੰਨੀ ਆ ਤਾਂ ਪਾਛੇ ਰੱਖ ਦੇ ਹੋਰ ਫਿਰ ਤੂੰ ਤਾਂ ਬਾਲੀ ਖੰਡ ਪਾ ਦੇਂਗੀ ਇਹ ਮਾਮਾ ਰਗੜੂਗਾ ਬਦਾਮ ਮਾਮੇ ਦੀ ਰੋਟੀ ਲਾਈ ਰਗੜਨ ਵਾਸਤੇ